ਲੁੱਟਾਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਲੁੱਟਾਖੋਹਾ ਕਰਨ ਵਾਲੇ ਵੱਖ-ਵੱਖ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ। ਫੜੇ ਗਏ ਆਰੋਪੀ ਤੋਂ ਪੁਲਿਸ ਨੇ 5 ਐਕਟਿਵਾ, 1 ਮੋਟਰਸਾਈਕਲ, 12 ਮੋਬਾਈਲ ਫੋਨ, 1 ਘੜੀ ਅਤੇ 1 ਸੋਨੇ ਦੀ ਚੈਨ ਅਤੇ 1 ਕੜਾ ਵੀ ਬਰਾਮਦ ਕੀਤਾ ਹੈ। ਫਿਲਹਾਲ ਫੜੇ ਗਏ ਆਰੋਪੀ ਤੇ ਪੁਲਿਸ ਨੇ ਮਾਮਲਾ ਦਰਜ ਕਰ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਆਰੋਪੀ ਲੰਬੇ ਸਮੇਂ ਤੋਂ ਲੁੱਟਾ ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ACP ਸਾਊਥ ਜਸ਼ਨਦੀਪ ਸਿੰਘ ਗਿੱਲ, ਉਹਨਾਂ ਦੀ ਸੁਪਰਵੀਜ਼ਨ 'ਚ SHO ਇੰਸਪੈਕਟਰ ਬਿਟਨ ਕੁਮਾਰ, SHO ਦੁਗਰੀ, ਇਹਨਾਂ ਨੇ ਬੜਾ ਚੰਗਾ ਕੰਮ ਕੀਤਾ। ਇਹਦੇ ਵਿੱਚ ਇਹਨਾਂ ਨੇ 2-3 ਦਿਨ ਦੇ ਵਿੱਚ ਜਿਹੜੇ 3 ਮੁਕੱਦਮੇ ਜਿਹੜੇ ਦਰਜ ਹੋਏ ਸੀ ਵੱਖ ਵੱਖ, 379B ਕਲੋਜ਼ 2, 379, 411, ਇਹ 3 ਮੁਕੱਦਮਿਆਂ ਦੇ ਵਿੱਚ ਜਿਹੜਾ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਉਹਨਾਂ ਦੇ ਵਿੱਚ ਉਹਨਾਂ ਤੋਂ 5 ਐਕਟਿਵਾ, 1 ਮੋਟਰਸਾਈਕਲ, 12 ਮੋਬਾਈਲ, ਪਲੱਸ ਉਹਨਾਂ ਤੋਂ 1 ਸਨੈਚ ਕੀਤੀ ਹੋਈ ਚੇਨ, 1 ਵਾਚ ਅਤੇ ਨਾਲ ਕੜਾ, ਜਿਹੜਾ ਇਹ ਸਾਰੀਆਂ ਰਿਕਵਰੀਆਂ ਕਰਾਈਆਂ ਔਰ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਜਿਹੜਾ 3 ਦੇ ਵਿੱਚ ਜਿਹੜੀਆਂ ਆਹ ਜਿਹੜੇ ਬੰਦੇ ਫੜੇ, ਇਹਨਾਂ ਨੇ ਕਰੀਬ 18-20 ਵਾਰਦਾਤਾਂ ਜਿਹੜੀਆਂ ਕੀਤੀਆਂ, ਜਿਨ੍ਹਾਂ 'ਚੋਂ 1 ਬੰਦੇ ਦੇ ਖਿਲਾਫ 12 ਤਾਂ ਜਿਹੜੇ ਕੋਈ ਮੋਬਾਈਲ ਜਿਹੜੇ ਅੱਡ ਅੱਡ ਸਨੈਚ ਕੀਤੇ ਉਹ ਟਰੇਸ ਕੀਤੇ ਹੈ। 5 ਉਹਨਾਂ ਕੋਲੋਂ ਥੈਫਟ ਦੀਆਂ ਜਿਹੜੀਆਂ ਅੱਡ ਅੱਡ ਉਹਨਾਂ ਨੇ ਐਕਟਿਵਾ ਥੈਫਟ ਕੀਤੇ ਸੀ ਉਹ ਟਰੇਸ ਕੀਤੀ, 1 ਮੋਟਰਸਾਈਕਲ ਥੈਫਟ 'ਚ ਉਹ ਟਰੇਸ ਕੀਤਾ, 1 ਵਾਰਦਾਤ ਇਹਨਾਂ ਨੇ ਪਰਟੀਕੁਲਰ ਜਿਹੜੀ 1 ਬੰਦੇ ਤੋਂ ਛੁਰੇ ਦੀ ਨੋਕ 'ਤੇ ਉਹਦੀ ਚੇਨ, ਉਹਦੀ ਕੜੀ ਅਤੇ ਉਹਦੀ ਛਾਂਪ ਜਿਹੜੀ ਹੈ ਕੜਾ ਉਹਦਾ ਲਵਾ ਕੇ ਜਿਹੜਾ ਉਹ ਤੋਂ ਲੈ ਗਏ ਸੀ, ਉਹ 100% ਇੱਕ ਹੋਰ ਰਿਕਵਰੀ ਕਰਾਈ। ਇਹਨਾਂ ਦੇ ਵਿੱਚ ਜਿਹੜਾ 1 ਲੜਕਾ ਮੇਨ ਹੈਗਾ, ਕੀ ਨਾਮ ਇਹਦਾ, ਹਰਪ੍ਰੀਤ, ਜਿਹੜਾ ਹਰਪ੍ਰੀਤ ਆ ਉਹਦੇ ਆਲਰੇਡੀ ਉਹਦੇ ਖਿਲਾਫ 3-4 ਮੁਕੱਦਮੇ ਦਰਜ ਹੈ। ਤਾਂ ਜਿਹੜੀ ਇਹਨਾਂ ਨੇ ਬਾਕੀ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਜਿਹੜਾ ਸਾਰੀ ਗੱਲ ਨੂੰ ਚੈੱਕ ਕਰਾਂਗੇ ਵੀ ਇਹਨਾਂ ਦਾ ਹੋਰ ਪ੍ਰੀਵੀਅਸ ਰਿਕਾਰਡ ਕੀ ਹੈ, ਪ੍ਰੀਵੀਅਸ ਇਹਨਾਂ ਦੀ ਬੈਕਗ੍ਰਾਉਂਡ ਕ੍ਰਿਮੀਨਲ ਕੀ ਹੈ, ਅਤੇ ਅੱਗੇ ਹੋਰ ਵੀ ਸਾਨੂੰ ਜਿਹੜੀ ਇਹਨਾਂ ਤੋਂ ਰਿਕਵਰੀ ਹੋਣ ਦੀ ਆਸ। ਲੁਧਿਆਣਾ ਤੋਂ ਦੀਪਕ ਪੁਰੀ ਦੀ ਰਿਪੋਰਟ।